ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਬਲਰਾਜ ਸਿੰਘ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਬੀਐਸ ਪੰਜਾਬੀ ਦੋਸਤੋ ਅੱਜ ਅਸੀਂ ਤੁਹਾਡੇ ਮੋਬਾਈਲ ਨੰਬਰ ਸੰਬੰਧੀ ਬਹੁਤ ਹੀ ਅਹਿਮ ਤੇ ਲੋੜੀਂਦੀ ਜਾਣਕਾਰੀ ਲੈ ਕੇ ਆਏ ਹਾਂ ਤੇ ਕਿ ਤੁਸੀਂ ਕਿਸ ਤਰ੍ਹਾਂ ਚੈੱਕ ਕਰ ਸਕਦੇ ਹੋ ਕਿ ਤੁਹਾਡੀ ਆਈਡੀ ਤੇ ਕਿੰਨੇ ਨੰਬਰ ਚੱਲ ਰਹੇ ਨੇ ਕੀ ਇਹ ਸਾਰੇ ਨੰਬਰ ਤੁਹਾਡੇ ਕੋਲ ਨੇ ਜਾਂ ਕਿਤੇ ਕੋਈ ਹੋਰ ਵਿਅਕਤੀ ਨੇ ਤਾਂ ਤੁਹਾਡੀ ਆਈਡੀ ਤੇ ਕੋਈ ਨੰਬਰ ਨਹੀਂ ਲੈ ਰੱਖਿਆ ਕਿਉਂਕਿ ਮਾਰੇ ਅੰਸਰ ਅਕਸਰੀ ਜੋ ਮੋਬਾਈਲ ਨੰਬਰ ਵਰਤਦੇ ਨੇ ਉਹ ਇਸੇ ਤਰ੍ਹਾਂ ਲੋਕਾਂ ਦੀਆਂ ਜਾਲੀ ਆਈਡੀ ਲੈ ਕੇ ਖਰੀਦਦੇ ਨੇ ਤੇ ਇਸ ਤਰ੍ਹਾਂ ਨਿਰਦੋਸ਼ ਲੋਕ ਫਸ ਜਾਂਦੇ ਨੇ ਪਰ ਅੱਗੇ ਵਧਣ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਇਸ ਚੈਨਲ ਤੇ ਸਿਰਫ ਕੰਮ ਦੀਆਂ ਜਾਣਕਾਰੀਆਂ ਹੀ ਲੈ ਕੇ ਆਉਂਦੇ ਆਂ ਤਾਂ ਦੋਸਤੋ ਤੁਹਾਡੀ ਆਈਡੀ ਤੇ ਕਿੰਨੇ ਮੋਬਾਈਲ ਨੰਬਰ ਚੱਲ ਰਹੇ ਨੇ ਇਹ ਜਾਣਨ ਲਈ ਤੁਸੀਂ ਸਕਰੀਨ ਤੇ ਵਿਖਾਈ ਦੇ ਰਹੀ ਵੈਬਸਾਈਟ ਤੇ ਜਾਣਾ ਇਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਵਿੱਚ ਵੀ ਦੇ ਰਹੇ ਹਾਂ ਤੇ ਇਹ ਵੈਬਸਾਈਟ ਪਾਸ ਸਰਕਾਰ ਨੇ ਤਿਆਰ ਕੀਤੀ ਹੈ ਇਸ ਵੈਬਸਾਈਟ ਨੂੰ ਖੋਲਦੇ ਹੀ ਕੁਝ ਇਸ ਤਰ੍ਹਾਂ ਦਾ ਪੇਜ ਦਿਖਾਈ ਦੇਵੇਗਾ ਜਿੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰਨਾ ਜੋ ਤੁਹਾਡੇ ਕੋਲ ਚੱਲ ਰਿਹਾ ਤੇ ਇਸ ਤੋਂ ਬਾਅਦ OTP ਯਾਨੀ ਕਿ ਵਨ ਟਾਈਮ ਪਾਸਵਰਡ ਮੂਬੋਨ ਲਈ ਇਸ ਦੇ ਹੇਠਾਂ ਦਿੱਤੇ ਰਿਕਵੈਸਟ OTP ਬਟਨ ਤੇ ਕਲਿੱਕ ਕਰਨਾ ਹੈ ਤੁਹਾਡੇ ਨੰਬਰ ਤੇ ਆਉਣ ਵਾਲੇ OTP ਨੂੰ ਭਰੋ ਤੇ ਵੈਲੀਡੇਟ ਦੇ ਟਾਈਪ ਤੇ ਕਲਿੱਕ ਕਰੋ ਹੁਣ ਤੁਹਾਨੂੰ ਤੁਹਾਡੀ ID ਤੇ ਚੱਲ ਰਹੇ ਮੋਬਾਈਲ ਨੰਬਰਾਂ ਦੀ ਸੂਚੀ ਵਿਖਾਈ ਦੇਵੇਗੀ ਤੇ ਜੇਕਰ ਤਾਂ ਦਰਸਾਏ ਨੰਬਰ ਤੁਹਾਡੇ ਕੋਲ ਹੀ ਚੱਲ ਰਹੇ ਨੇ ਤਾਂ ਠੀਕ ਹੈ ਤੇ ਲੌਗ ਆਊਟ ਕਰ ਦਿਓ ਪਰ ਜੇਕਰ ਕੋਈ ਨੰਬਰ ਤੁਹਾਡੇ ਕੋਲ ਨਹੀਂ ਹੈ ਪਰ ਬਹੁਤ ਤੁਹਾਡੀ ID ਤੇ ਚੱਲ ਰਿਹਾ ਹੈ ਤਾਂ ਉਸ ਦਾ ਉਸ ਨੰਬਰ ਤੇ ਹੇਠਾਂ ਰਿਪੋਰਟ ਤੇ ਬਟਨ ਤੇ ਕਲਿੱਕ ਕਰਕੇ ਤੁਸੀਂ ਸ਼ਿਕਾਇਤ ਕਰਕੇ ਜਿਆ ਅਣਅਧਿਕਾਰਤ ਨੰਬਰ ਬਲੌਕ ਕਰਵਾ ਸਕਦੇ ਹੋ ਤੇ ਪਵਿੱਖ ਦੇ ਕਿਸੇ ਵੀ ਸੰਕਟ ਤੋਂ ਬਚ ਸਕਦੇ ਆ ਤਾਂ ਦੋਸਤੋ ਅੱਜ ਅਸੀਂ ਹੀ ਇਸ ਤਰ੍ਹਾਂ ਨਾਲ ਦੀ ਆਪਣੀ ਆਈਡੀ ਤੇ ਚੱਲ ਰਹੇ ਨੰਬਰਾਂ ਦੀ ਜਾਂਚ ਕਰ ਸਕਦੇ ਹੋ ਤੇ ਇਸ ਸਲਾਹ ਨਾਲ ਵਿਦਾ ਲਵਾਂਗੇ ਕਿ ਕਦੇ ਵੀ ਆਪਣੀ ਆਈਡੀ ਤੋਂ ਕਿਸੇ ਅਣਜਾਣ ਨੂੰ ਨੰਬਰ ਨਾ ਲੈ ਕੇ ਦਿਓ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦੇਣਾ ਤੇ ਲਾਈਕ ਤੇ ਤੁਹਾਡਾ ਕਲਿੱਕ ਸਾਡਾ ਹੌਸਲਾ ਵਧਾਏਗਾ ਧੰਨਵਾਦ